ਹੈਲੋ ਆਈ ਐਮ ਸੰਦੀਪ ਸਿੰਘ ਐਂਡ ਵੈਲਕਮ ਟੂ ਮਾਈ YouTube ਚੈਨਲ ਸੰਦੀਪ ਮੈਥ ਲੈਬ ਸੰਦੀਪ ਮੈਥ ਲੈਬ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ। ਲੋ ਜੀ ਅੱਜ ਜੁੜਿਆ ਸੀ ਫੇਰ ਤੁਹਾਡੇ ਨਾਲ ਇੱਕ ਨਵੀਂ ਇਨਫੋਰਮੇਟਿਵ ਵੀਡੀਓ ਦੇ ਨਾਲ ਜਿਹਦੇ ਵਿੱਚ ਆਪਾਂ ਬਹੁਤ ਸਾਰੇ ਬੱਚਿਆਂ ਨੂੰ ਡਾਊਟ ਸੀ ਕਿ ਵੀ ਜੇ ਸਾਡਾ ਹੁਣ ਪੀਐਸਟੈਟ ਪੇਪਰ ਕਲੀਅਰ ਹੋ ਜਾਂਦਾ ਤਾਂ ਉਸ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ। ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸਿਰਫ ਇਹੀ ਐਡਵਾਈਸ ਦੇਣਾ ਚਾਹੁੰਦਾ ਕਿ ਜਿਨ੍ਹਾਂ ਦੀ ਅਨਸਰ ਕੀ ਦੇ ਅਕੋਰਡਿੰਗ 82 ਜਿਨ੍ਹਾਂ ਦੀ ਕੈਟਾਗਰੀ ਹੈ ਉਹਨਾਂ ਦੇ 82 ਮਿਨੀਮਮ ਚਾਹੀਦੇ ਆ ਤੇ ਜਨਰਲ ਵਾਲਿਆਂ ਨੂੰ 90 ਜਿਨ੍ਹਾਂ ਦੇ ਆਸ-ਪਾਸ ਨੰਬਰ ਵੀ ਮੰਨ ਲਓ 1 2 ਨੰਬਰ ਵੀ ਘਟਦਾ ਜਾਂ ਵੱਧਦਾ ਹੈ ਉਹਨਾਂ ਨੂੰ ਆਪਣੀ ਤਿਆਰੀ ਸਟਾਰਟ ਕਰ ਦੇਣੀ ਚਾਹੀਦੀ ਹੈ ਜੀ ਕਿਉਂਕਿ ETT ਦਾ ਸੈਕੰਡ ਪੇਪਰ ਵੀ ਹੋਣਾ ਹੈ ਠੀਕ ਹੈ ਜੀ ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਕਿ ਜਿਵੇਂ ਹੁਣ ਕੋਡ ਆਫ ਕੰਡਕਟਰ ਲੱਗ ਚੁੱਕਿਆ ਹੈ ਕੋਡ ਆਫ ਕੰਡਕਟਰ ਤੋਂ ਬਾਅਦ ETT ਦਾ ਪੇਪਰ ਕਦੇ ਵੀ ਹੋ ਸਕਦਾ ਹੈ ਹੋ ਸਕਦਾ ਉਹ 2 ਮਹੀਨਿਆਂ ਵਿੱਚ ਲੈ ਲੈਣ ਹੋ ਸਕਦਾ 3 ਮਹੀਨਿਆਂ ਵਿੱਚ ਲੈ ਲੈਣ ਹੋ ਸਕਦਾ ਉਹ 7 ਬਾਅਦ ਲੈਣ ਕਿਉਂਕਿ ਪਹਿਲਾਂ ਵੀ ਜਿਆ 16 17 ਦੇ ਵਿੱਚ ਇਹੀ ਚੀਜ਼ ਇਹੀ ਸੇਮ ਚੀਜ਼ ਹੋਈ ਸੀ ਤਾਂ ਉਹਨਾਂ ਨੇ ਪੇਪਰ ਵੀ ਕੀ ਹੈ ਨਵੀਂ ਜਿਹੜੀ ਸਰਕਾਰ ਬਣੀ ਸੀ ਉਹਨਾਂ ਨੇ ਪੇਪਰ ਉਹ ਕਨੈਕਟ ਕਰਾਇਆ ਸੀ ਸੋ ਮੇਰੀ ਰਾਏ ਇਹ ਹੈ ਜੀ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਕੀ ਹੈ ਜੀ ਈਟੀਟੀ ਦੇ ਸੈਕੰਡ ਪੇਪਰ ਦੀ ਤਿਆਰੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਸਿਲੇਬਸ ਇਹਦਾ ਬਹੁਤ ਜ਼ਿਆਦਾ ਹੁੰਦਾ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਈਟੀਟੀ ਦਾ ਜੋ ਸੈਕੰਡ ਪੇਪਰ ਲਈ ਸਿਲੇਬਸ ਹੁੰਦਾ ਹੈ ਉਹ ਕੀ ਹੋਊਗਾ ਠੀਕ ਹੈ ਜੀ ਕਿਉਂਕਿ ਪਹਿਲਾਂ ਵੀ ਦੋ ਵਾਰੀ ਈਟੀਟੀ ਦਾ ਪੇਪਰ ਹੋ ਚੁੱਕਿਆ ਇਦੇ ਵਿੱਚ ਸੇਮ ਸਿਲੇਬਸ ਹੀਗਾ ਤਾਂ ਹੋਪਸ ਉਹ ਵੀ ਇਹਦੇ ਵਿੱਚ ਵੀ ਜਿਹੜਾ ਪੇਪਰ ਈਟੀਟੀ ਦਾ ਹੁਣ ਤੀਜੀ ਵਾਰੀ ਹੋਣ ਲੱਗਿਆ ਠੀਕ ਹੈ ਜੀ ਤੇ ਉਹਦੇ ਵਿੱਚ ਵੀ ਸੇਮ ਸਿਲੇਬਸ ਹੋਊਗਾ ਕੋਈ ਮਾੜੀ ਮੋਟੀ ਚੇਂਜ ਹੋ ਸਕਦੀ ਹੈ ਠੀਕ ਹੈ ਜੀ ਸੋ ਬਿਨਾ ਤੁਸੀਂ ਵੀਡੀਓ ਨੂੰ ਸਕਿਪ ਕੀਤੇ ਹੋਏ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੇ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇੰਪੋਰਟੈਂਟ ਗੱਲਾਂ ਵੀ ਕਰਾਂਗੇ ਜਿਹਦੇ ਨਾਲ ਕੀ ਹੈ ਤੁਹਾਡਾ ਈਟੀਟੀ ਦਾ ਸੈਕੰਡ ਪੇਪਰ ਕੀ ਹੈ ਬਿਨਾ ਕੋਚਿੰਗ ਤੋਂ ਤੁਸੀਂ ਕੀ ਇਸ ਨੂੰ ਕਲੀਅਰ ਕਰ ਸਕੋ ਸੋ ਚਲਦੇ ਹਾਂ ਜੀ ਅੱਜ ਦੀ ਆਪਣੀ ਵੀਡੀਓ ਦੇ ਉੱਤੇ ਸਭ ਤੋਂ ਪਹਿਲਾਂ ਪੇਪਰ ਦੇ ਵਿੱਚ ਦੇਖੋ ਜੀ ਪੇਪਰ ਦਾ ਸਿਲੇਬਸ ਕੀ ਰਹਿਣ ਵਾਲਾ ਜੀ ਪੇਪਰ ਦੇ ਵਿੱਚ ਸਿਲੇਬਸ ਕੀ ਸੀਗਾ ਠੀਕ ਹੈ ਜੀ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਪੰਜਾਬੀ ਦੇ ਮਾਰਕਸ ਕੀ ਵੇਟੇਜ ਕਿੰਨੀ ਸੀ ਜੀ 15 ਨੰਬਰ ਦੀ ਪੰਜਾਬੀ 15 ਨੰਬਰ ਦੀ ਆਈ ਸੀਗੀ ਜੀ ਠੀਕ ਹੈ ਜੀ ਜਿਹਦੇ ਵਿੱਚ ਭਾਸ਼ਾ ਪੰਜਾਬੀ ਭਾਸ਼ਾ ਅਤੇ ਉਪ ਭਾਸ਼ਾ ਬਾਰੇ ਇਹਦੇ ਵਿੱਚ ਕੋਸ਼ਣ ਆਏ ਵਿਆਕਰਨ ਮਿਸ ਗ੍ਰਾਮਰ ਦੇ ਵਿੱਚੋਂ ਤੁਨੀ ਬੋਧ ਸ਼ਬਦ ਬੋਧ ਅਰਥ ਬੋਧ ਵਾਕ ਬੋਧ ਵਿਸ਼ਰਾਮ ਚਿੰਨ ਅੰਡਿੱਠਾ ਪੈਰਾ ਮੁਹਾਵਰੇ ਤੇ ਅਖਾਣਾ ਪੰਜਾਬੀ ਸਭਿਆਚਾਰ ਤੇ ਪੰਜਾਬੀ ਸਾਹਿਤ ਠੀਕ ਹੈ ਜੀ ਇਹਦੇ ਵਿੱਚੋਂ ਜਿਹੜੇ ਪਿਛਲੇ ਦੋ ਵਾਰੀ ਪੇਪਰ ਹੋਏ ਨੇ ਇਹ ਸਾਰਿਆਂ ਦਾ ਜਿਹੜਾ ਲੈਵਲ ਹੈ ਪੇਪਰ ਦੇ ਵਿੱਚ ਇਹ 12th ਤੱਕ ਦਾ ਆਇਆ ਸੀ ਪੰਜਾਬੀ ਦੇ ਵਿੱਚ ਠੀਕ ਹੈ ਜੀ ਜਿਹਦੇ ਵਿੱਚ ਮੋਸਟਲੀ ਜਿਹੜੇ ਤੁਹਾਡੇ ਸੀਗੇ +1 ਪੀ ਪਲੱਸ 2 ਦੇ ਜਿਹੜੀਆਂ ਸਾਹਿਤ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਬਹੁਤ ਸਾਰਾ ਪੇਪਰ ਆਇਆ ਸੀਗਾ ਠੀਕ ਹੈ ਜੀ ਆ ਵਿਆਕਰਨ ਦੇ ਵਿੱਚ ਬਹੁਤ ਘੱਟ ਸੀਗਾ ਪੇਪਰ ਮੀਨਜ਼ 7 ਤੋਂ 8 ਨੰਬਰ ਦਾ ਪੇਪਰ ਸੀਗਾ ਵਿਆਕਰਨ ਦੇ ਬਾਰੇ ਠੀਕ ਹੈ ਜੀ ਬਾਕੀ ਜਿਹਦੇ ਵਿੱਚ ਕੀ ਆ ਹਾਫ ਜਿਹੜਾ ਪੇਪਰ ਸੀਗਾ ਪੰਜਾਬੀ ਦਾ 8 ਤੋਂ 9 ਨੰਬਰ ਹੋ ਕੀ ਹੈ ਜੀ ਪਲੱਸ 1 ਤੇ ਪਲੱਸ 2 ਦੀ ਜਿਹੜੀ ਸਾਹਿਤ ਦੀ ਬੁੱਕ ਹੈ ਉਹਦੇ ਵਿੱਚੋਂ ਆਇਆ ਸੀ ਕਿ ਮੀਨਜ਼ ਕਿਹੜੀ ਕਵਿਤਾ ਕਿਹਨੇ ਲਿਖੀ ਕਿਹੜਾ ਸਾਹਿਤ ਕਿਹਨੇ ਲਿਖਿਆ ਇਸ ਸਾਹਿਤ ਦੇ ਵਿੱਚ ਕੀ ਦੱਸਿਆ ਗਿਆ ਠੀਕ ਹੈ ਜੀ ਇਹ ਜਿਹੇ ਗੱਲਾਂ ਕੀ ਪੇਪਰ ਦੇ ਵਿੱਚ ਆਈਆਂ ਸੀ ਸੋ ਇਹਦਾ ਇਹਦਾ ਜਿਹੜਾ ਲੈਵਲ ਰਹਿਣ ਵਾਲਾ ਜੀ ਉਹ ਪਲੱਸ 2 ਤੱਕ ਦਾ ਪੰਜਾਬੀ ਤੁਸੀਂ ਪਲੱਸ 2 ਤੱਕ ਦੀ ਸਾਰੀ ਵਿਆਕਰਨ ਯਾਦ ਕਰਨੀ ਹੈ ਠੀਕ ਹੈ ਜੀ ਜਿਹਦੇ ਜਿਹੇ ਵਿਸ਼ਰਾਮ ਚੇਨ ਡਿੱਠਾ ਪੈਰਾ ਮੁਹਾਵਰੇ ਤੇ ਅਖਾਣ ਆ ਜਾਂਦੀਆਂ ਨੇ ਠੀਕ ਹੈ ਪਲੱਸ ਮਾ ਪਲੱਸ ਪਲੱਸ ਮਾ ਪਲੱਸ 2 ਦੀ ਜਿਹੜੀ ਗ੍ਰਾਮਰ ਦੇ ਨਾਲ ਨਾਲ ਤੁਸੀਂ ਸਾਹਿਤ ਦੇ ਵਿੱਚ ਕੁਐਸਚਨ ਬਣਾਣੇ ਆਪ ਕਿਉਂਕਿ ਜੇ ਤੁਸੀਂ ਖੁਦ ਬਣਾਓਗੇ ਨਾ ਖੁਦ ਹੈਂਡ ਰਿਟਨ ਨੋਟਸ ਹੋਣਗੇ ਤਾਂ ਉਹ ਕਿਸੇ ਕੋਚਿੰਗ ਇੰਸਟੀਚਿਊਟ ਦੇ ਨੋਟਸ ਨਾਲੋਂ ਜ਼ਿਆਦਾ ਬੈਟਰ ਹੁੰਦੇ ਆ ਕਿਉਂਕਿ ਤੁਸੀਂ ਖੁਦ ਆਪਣੀ ਅੰਡਰਸਟੈਂਡਿੰਗ ਨਾਲ ਬਣਾਏ ਹੁੰਦੇ ਆ ਠੀਕ ਹੈ ਜੀ ਸੋ ਜੀ ਪੰਜਾਬੀ ਦੇ ਵਿੱਚ ਤੁਹਾਨੂੰ 15 ਨੰਬਰ ਦਾ ਪੇਪਰ ਆਉਣਾ ਹੈ ਜੀ ਠੀਕ ਹੈ ਜੀ ਚੱਲਦੇ ਆ ਪੰਜਾਬੀ ਤੋਂ ਬਾਅਦ ਜੀ ਇੰਗਲਿਸ਼ ਇੰਗਲਿਸ਼ ਵੀ ਦੇਖੋ ਪੰਜਾਬ ਪੰਜਾਬੀ ਦੀ ਤਰ੍ਹਾਂ 15 ਨੰਬਰ ਦੀ ਆਣੀ ਹੈ ਬਹੁਤ ਸਾਰੇ ਬੱਚਿਆਂ ਨੂੰ ਪ੍ਰੋਬਲਮ ਰਹਿੰਦੀ ਹੈ ਪੰਜਾਬੀ ਇੰਗਲਿਸ਼ ਦੇ ਵਿੱਚ ਕਿ ਇੰਗਲਿਸ਼ ਦੇ ਸਾਡੇ ਸਰ ਮਾਰਕਸ ਨਹੀਂ ਆਉਂਦੇ ਤਾਂ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਦੀ ਇੰਗਲਿਸ਼ ਰੀਡਿੰਗ ਜੇ ਇੰਗਲਿਸ਼ ਅੰਡਰਸਟੈਂਡਿੰਗ ਦੇ ਵਿੱਚ ਪ੍ਰੋਬਲਮ ਹੈ ਛੋਟੇ ਬੱਚਿਆਂ ਦੀਆਂ ਬੁੱਕਸ ਜਿਵੇਂ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਐਨਸੀਆਰਟੀ ਬੁੱਕਸ ਜਾਂ ਪੰਜਾਬ ਬੋਰਡ ਦੀਆਂ ਬੁੱਕਸ ਨੇ ਉਹਨਾਂ ਨੂੰ ਪੜ੍ਹਨਾ ਸਟਾਰਟ ਕਰੋ ਤਾਂ ਜੋ ਤੁਹਾਡੀ ਕੀ ਇਹ ਇੰਗਲਿਸ਼ ਦੇ ਵਿੱਚ ਅੰਡਰਸਟੈਂਡਿੰਗ ਬਣੇ ਓਕੇ ਅੰਡਰਸਟੈਂਡਿੰਗ ਬਣਨ ਦੇ ਨਾਲ ਹੀ ਤੁਹਾਡੀ ਕੀ ਹੈ ਇੰਗਲਿਸ਼ ਕੀ ਹੈ ਇੰਪਰੂਵ ਹੋ ਸਕਦੀ ਹੈ ਹੁਣ ਇੰਗਲਿਸ਼ ਗ੍ਰਾਮਰ ਦੇ ਵਿੱਚ ਅੰ ਕੰਪਰੀਹੈਂਸ਼ਨ ਆਫ ਅਨਸੀਨ ਪੈਸੇਜ ਇਹ ਤੁਹਾਨੂੰ ਪਤਾ ਸਾਰਿਆਂ ਦੀ ਸਾਰੇ ਕੀ ਹੁੰਦਾ ਮੰਨ ਤੋਂ 6 ਨੰਬਰ ਦਾ ਇਹ ਆ ਜਾਣਾ ਜੀ ਠੀਕ ਹੈ ਜੀ ਗ੍ਰਾਮਰ ਯੂਜ਼ ਆਫ ਆਰਟੀਕਲ ਪ੍ਰੈਪੋਜੀਸ਼ਨ ਡਿਟਰਮੀਨੈਂਟਸ ਕਨਜਕਸ਼ਨ ਮੋਡਲਸ 에ਰਰ ਕਰੈਕਸ਼ਨ ਵਰਡ ਇਨ ਸੈਂਟੈਂਸਸ ਦੇ ਵਿੱਚ 에ਰਰ ਕੱਢਣੇ ਹੁੰਦੇ ਆ ਜੀ ਯੂਜ਼ ਆਫ ਟੈਂਸਿਸ ਵਾਇਸ ਨਰੇਸ਼ਨ ਟਰਾਂਸਫਰਮੇਸ਼ਨ ਆਫ ਸੈਂਟੈਂਸਸ ਐਂਡ ਕਲੋਜ਼ਸ ਠੀਕ ਹੈ ਜੀ ਇਹ ਆnde ਜੀ ਤੁਹਾਡਾ ਗ੍ਰਾਮਰ ਦਾ ਪੋਰਸ਼ਨ ਵੋਕੈਬ ਦੇ ਵਿੱਚ ਦੇਖੋ 1 ਵਰਡ ਸਬਸਟੀਟਿਊਸ਼ਨ ਤੁਹਾਨੂੰ ਪਤਾ ਜੀ ਬਹੁਤ ਆਉਂਦੇ ਆ ਪੇਪਰ ਦੇ ਵਿੱਚ ਇਹ ਐਂਟੋਨੀਮਸ ਸਨੋਨੀਮਸ ਵੀ ਤੁਹਾਨੂੰ 1 2 ਦੇਖਣ ਨੂੰ ਮਿਲ ਜਾਣਗੇ ਈਡੀਅਮਸ ਵੀ ਹੁੰਦੇ ਆ ਫਰੇजेस ਵੀ ਮਿਲਦੀਆਂ ਸਭ ਤੋਂ ਇੰਪੋਰਟੈਂਟ ਗੱਲ ਬਟਣੀ ਕਿ ਇੱਥੇ ਪ੍ਰੋਬਲਮ ਆਉਂਦੀ ਹੈ ਟਰਾਂਸਲੇਸ਼ਨ ਦੇ ਵਿੱਚ ਪੰਜਾਬੀ ਟੂ ਇੰਗਲਿਸ਼ ਔਰ ਇੰਗਲਿਸ਼ ਟੂ ਪੰਜਾਬੀ ਠੀਕ ਹੈ ਜੀ ਇਹਦੇ ਵਿੱਚ ਕੀ ਆ ਇਹ ਇਹ ਤੁਹਾਨੂੰ ਤਾਂ ਹੀ ਆ ਸਕਦੀ ਹੈ ਜੇ ਤੁਹਾਨੂੰ ਗ੍ਰਾਮਰ ਦੇ ਟੈਂਸਸ ਬਹੁਤ ਅੱਛੇ ਤਰੀਕੇ ਨਾਲ ਆਉਂਦੇ ਹੋ ਠੀਕ ਹੈ ਜੀ ਟਾਈਮ ਆ ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਇੰਗਲਿਸ਼ ਦੀ ਰੀਡਿੰਗ ਕਰਨੀ ਸਟਾਰਟ ਕਰੋ ਹੋ ਸਕਦਾ ਹੈ ਪੇਪਰ 6 ਮਹੀਨਿਆਂ ਬਾਅਦ ਹੋਵੇ ਸਾਲ ਬਾਅਦ ਹੋਵੇ ਬਟ ਤੁਸੀਂ ਕੀ ਆਪਣੀ ਤਿਆਰੀ ਹੁਣੀ ਤੋਂ ਸਟਾਰਟ ਕਰੋ ਤਾਂ ਜੋ ਤੁਹਾਡੇ ਲਈ ਹੁਣ ਐਸ ਟਾਈਮ ਬਹੁਤ ਵਧੀਆ ਮੌਕਾ ਹੈ ਕਿਉਂਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦੇ ਕਹਿੰਦੇ ਵੀ ਜਦੋਂ ਸਾਰੀ ਦੁਨੀਆ ਸੌ ਰਹੀ ਹੁੰਦੀ ਹੈ ਤਾਂ ਉਸ ਟਾਈਮ ਕੁਝ ਕੁਝ ਬੱਚੇ ਹੀ ਜਾਂ ਕੁਝ ਕੈਂਡੀਡੇਟ ਹੀ ਜਾਗ ਰਹੇ ਹੁੰਦੇ ਆ ਜਿਨ੍ਹਾਂ ਨੂੰ ਕੀ ਹੈ ਉਹਨਾਂ ਦਾ ਸੁਪਨਾ ਉਹਨਾਂ ਨੂੰ ਸੌਣ ਨਹੀਂ ਦਿੰਦਾ ਸੋ ਇਹ ਜਿਹੇ ਬੱਚੇ ਹਮੇਸ਼ਾ ਹੀ ਸਕਸੈਸਫੁਲ ਹੁੰਦੇ ਆ ਜੀ ਮਨ ਲਓ ਜੇ ਕੋਈ ਬੱਚਾ ਅੱਜ ਤਿਆਰੀ ਸ਼ੁਰੂ ਕਰ ਰਿਹਾ 6 ਮਹੀਨੇ ਬਾਅਦ ਪੇਪਰ ਆਉਂਦਾ ਤਾਂ ਮੰਨ ਲਓ ਕੋਈ ਬੱਚਾ ਜਦੋਂ ਨੋਟੀਫਿਕੇਸ਼ਨ ਆਊਟ ਹੁੰਦਾ ਉਦੋਂ ਤਿਆਰੀ ਕਰਦਾ ਤਾਂ ਓਬਵੀਅਸ ਹੈ ਵੀ 6 ਮਹੀਨੇ ਪਹਿਲਾਂ ਕਰਨ ਵਾਲਾ ਬੱਚੇ ਦੇ ਮਾਰਕਸ ਓਬਵੀਅਸਲੀ ਜ਼ਿਆਦਾ ਆਉਣਗੇ ਤੇ ਜ਼ਿਆਦਾ ਉਸਨੇ ਮਿਹਨਤ ਕੀਤੀ ਹੋਗੀ ਠੀਕ ਹੈ ਜੀ ਤਾਂ ਇਹਦਾ ਵੀ ਜਿਹੜਾ ਲੈਵਲ ਆ ਪਲੱਸ 2 ਤੱਕ ਦਾ ਲੈਵਲ ਹੈ ਜੀ ਵੀ ਪਲੱਸ 2 ਤੱਕ ਦੀ ਜੋ ਗ੍ਰਾਮਰ ਹੈ ਐਂਟੋਨੀਮਸ ਸਿਨੋਨੀਮਸ ਆ ਟ੍ਰਾਂਸਲੇਸ਼ਨ ਆ ਉਹ ਪਲੱਸ 2 ਤੱਕ ਦੀ ਆਣੀ ਹੈ ਇਹ ਪਲੱਸ 1 ਪਲੱਸ 2 ਦੀ ਬੁੱਕ ਦੇ ਵਿੱਚ ਟ੍ਰਾਂਸਲੇਸ਼ਨ ਬਹੁਤ ਅੱਛੀ ਦਿੱਤੀ ਹੈ 8th ਕਲਾਸ ਦੀ ਜੋ ਪੰਜਾਬ ਬੋਰਡ ਉਹ ਸਭ ਤੋਂ ਬੈਸਟ ਹੈ ਕਿਉਂਕਿ ਉਹਦੇ ਵਿੱਚ ਟੈਂਸੀਜ਼ ਹਰੇਕ ਚੀਜ਼ ਬਹੁਤ ਹੀ ਅੱਛੇ ਤਰੀਕੇ ਨਾਲ ਸਮਝਾਈ ਹੋਈ ਹੈ ਸਭ ਤੋਂ ਵੱਡੀ ਗੱਲ ਕੀ ਹੈ ਵੀ ਜੇ ਇਹਦੇ ਵਿੱਚ 에ਰਰ ਕਰੈਕਸ਼ਨ ਦੀ ਸਭ ਤੋਂ ਵੱਡੀ ਅੰਡਰਸਟੈਂਡਿੰਗ ਆਪਾਂ 8th ਕਲਾਸ ਦੀ ਬੁੱਕ ਦੇ ਵਿੱਚ ਮਿਲੂਗੀ ਉਹ ਹੈਗੀ ਪੰਜਾਬ ਬੋਰਡ ਦੀ ਇੰਗਲਿਸ਼ ਗ੍ਰਾਮਰ ਦੀ ਬੁੱਕ ਠੀਕ ਹੈ ਜੀ ਸੋ ਇਹ ਸੀਗਾ ਜੀ ਇੰਗਲਿਸ਼ ਦਾ ਸਿਲੇਬਸ ਹੁਣ ਚੱਲਦੇ ਹਾਂ ਜੀ ਹਿੰਦੀ ਦੇ ਉੱਤੇ ਹਿੰਦੀ ਵੀ ਇਹਦੇ ਵਿੱਚ ਦੇਖੋ ਜੀ 15 ਨੰਬਰ ਦੀ ਆਈਸੀ ਬਹੁਤ ਸਾਰੇ ਬੱਚਿਆਂ ਦੇ ਹਿੰਦੀ ਦੇ ਵਿੱਚ ਮਾਰਕਸ ਬਹੁਤ ਘੱਟ ਆਏ ਜੀਗੇ ਠੀਕ ਹੈ ਜੀ ਕਿਉਂ ਕਿ ਹਿੰਦੀ ਦਸਵੀਂ ਤੋਂ ਬਾਅਦ ਬਹੁਤ ਘੱਟ ਲੋਕਾਂ ਨੇ ਲੋਕਾਂ ਨੇ ਪੜ੍ਹੀ ਹੋਈ ਹੈ। ਸੋ ਹਿੰਦੀ ਬਹੁਤ ਘੱਟ ਬੱਚਿਆਂ ਦੇ ਪੜੇ ਹੋਣ ਦੇ ਨਾਲ ਕੀ ਹੈ ਜੀ ਉਹਨਾਂ ਨੇ ਉਹਨਾਂ ਦੇ ਕੀ ਮਾਰਕਸ ਘਟ ਆਏ ਸੀਗੇ। ਠੀਕ ਹੈ ਜੀ ਸੋ ਜੇ ਤੁਸੀਂ ਮੈਂ ਕਹਿੰਦਾ ਜੇ ਤੁਸੀਂ ਮੰਨ ਲਓ ਕਿਸੇ ਦਾ ਮੈਥ ਸਾਇੰਸ ਦੇ ਵਿੱਚ ਵੀਕ ਹੈ ਨਾ ਤਾਂ ਆ ਲੈਂਗੁਏਜ ਵਾਲੇ ਸਬਜੈਕਟ ਤੁਸੀਂ ਸਭ ਤੋਂ ਵੱਧਕ ਪੜੋ ਕਿਉਂਕਿ ਤੁਹਾਡੇ ਕੀ ਹੈ ਮੰਨ ਲਓ ਜੇ ਮੈਥ ਸਾਇੰਸ ਦੇ ਵਿੱਚ ਤੁਹਾਡੇ ਨੰਬਰ ਘਟ ਆਉਂਦੇ ਆ ਤਾਂ ਤੁਸੀਂ ਜਿਹੜੇ ਲੈਂਗੁਏਜ ਵਾਲੇ ਪੋਰਸ਼ਨ ਹੈ ਉਹਦੇ ਵਿੱਚੋਂ ਬੱਤਵਾਦ ਦਾ ਨੰਬਰ ਗੇਨ ਕਰ ਸਕੋ। ਤੋਂ ਹਿੰਦੀ ਕੀ ਹੈ ਹਿੰਦੀ ਵੀ ਤੁਸੀਂ ਕੀ ਹੈ 6ਵੀਂ ਤੋਂ ਲੈ ਕੇ 10ਵੀਂ ਕਲਾਸ ਤੱਕ ਦੀ ਜਿਹੜੀ ਸਾਰੀ ਹਿੰਦੀ ਪੜਨੀ ਸਟਾਰਟ ਕਰੋ ਕਿਉਂਕਿ ਜਦੋਂ ਤੁਸੀਂ ਉਹਨੂੰ ਪੜਨਾ ਸਟਾਰਟ ਕਰੋਗੇ ਨਾ ਤੁਹਾਨੂੰ ਐ ਲੱਗੇਗਾ ਵੀ ਜਿਵੇਂ ਅਭੀ ਸਾਡੇ ਅੰਦਰ ਕੋਈ ਚੀਜ਼ ਆ ਰਹੀ ਹੈ। ਠੀਕ ਹੈ ਜੀ ਕਿਉਂਕਿ ਤੁਹਾਨੂੰ ਹਿੰਦੀ ਪੜੇ ਨੂੰ ਬਹੁਤ ਬਹੁਤ ਟਾਈਮ ਹੋ ਚੁੱਕਿਆ ਹੈ। ਤੋਂ ਕਈਆਂ ਨੂੰ ਤਾਂ ਹਿੰਦੀ ਮੀਨ ਪ੍ਰੋਨਾਂਸ ਕਰਨੀ ਨਹੀਂ ਆਣੀ, ਕਈ ਵਰਡ ਐਸ ਨੇ ਜੇ ਪ੍ਰੋਨਾਂਸ ਕਰਨੇ ਕਰਨੇ ਨਹੀਂ ਆਣੇ। ਠੀਕ ਹੈ ਜੀ। ਤੋਂ ਇਹ ਜੀ ਹਿੰਦੀ ਦਾ ਸਿਲੇਬਸ ਜਿਹਦੇ ਵਿੱਚ ਭਾਸ਼ਾ ਲਿਪੀ ਵਰਣ ਵਿਚਾਰ ਸ਼ਬਦ ਵਿਚਾਰ ਇਹ ਸਾਰੇ ਆਜਨੇ ਜਿੱਦੀ ਠੀਕ ਹੈ ਜੀ 10th ਤੱਕ ਦਾ ਜੋ ਇਹਦਾ ਲੈਵਲ ਹੈ 10th ਤੱਕ ਦਾ ਜੀ ਤੁਸੀਂ 10th ਕਲਾਸ ਦੀ ਹਿੰਦੀ ਦੀ ਗ੍ਰਾਮਰ ਦੇ ਵਿੱਚੋਂ ਪੜਨਾ ਸਟਾਰਟ ਕਰੋ ਯੂਧ ਚੋਂ ਯਾਦ ਕਰਨਾ ਸਟਾਰਟ ਕਰੋ ਉਹਦੇ ਚ ਇੰਪੋਰਟੈਂਟ ਚੀਜ਼ਾਂ ਕੀ ਤੁਹਾਨੂੰ ਲੱਗਦੀਆਂ ਨੇ ਉਹਨਾਂ ਦੇ ਕੀ ਹੈ ਨੋਟਸ ਬਣਾਉਣੇ ਸਟਾਰਟ ਕਰੋ ਸਟਾਰਟ ਕਰੋ ਸ਼ਾਰਟਹੈਂਡ ਦੇ ਵਿੱਚ ਠੀਕ ਹੈ ਜੀ ਮੀਨਸ ਕਿਸੇ ਦੇ ਮੰਨ ਲਓ ਇੱਕ ਸਰਕਲ ਦੇ ਵਿੱਚ ਬਣਾ ਲਓ ਵੀ ਇਹਦੇ ਚ ਪਾਸ਼ਾ ਲਿਪੀ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਵਰਣ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ ਉਹਨੂੰ ਡਾਇਗ੍ਰਾਮ ਦੀ ਸ਼ੇਪ ਦੇ ਵਿੱਚ ਲੈ ਕੇ ਆਓ ਤਾਂ ਕਿ ਉਹ ਤੁਹਾਨੂੰ ਯਾਦ ਕਰਨੇ ਸੌਖੇ ਹੋਣ ਠੀਕ ਹੈ ਜੀ ਸੋ ਜੀ ਇਹਦਾ ਤੁਸੀਂ ਕੀ ਹੈ ਇਹ ਜਿੰਨੇ ਵੀ ਇਹ ਸਿਲੇਬਸ ਮੈਂ ਤੁਹਾਨੂੰ ਸਲਾਈਡ ਤੇ ਸ਼ੋਅ ਕਰ ਰਹੇ ਨੇ ਪਲੀਜ਼ ਇਹਦਾ ਸਕਰੀਨਸ਼ਾਟ ਲੈ ਲਓ ਕਿਉਂਕਿ ਜੋ ਇਹਦਾ ਸਿਲੇਬਸ ਦਾ ਪੀਡੀਐਫ ਆ ਉਹ ਮੇਰੇ ਟੈਲੀਗ੍ਰam ਚੈਨਲ ਦੇ ਉੱਤੇ ਪਿਆ ਤੁਸੀਂ ਉੱਥੋਂ ਵੀ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਟੈਲੀਗ੍ਰam ਦਾ ਚੈਨਲ ਹੈ ਜੀ ਸੰਦੀਪ ਮੈਥ ਲੈਬ ਸੰਦੀਪ ਮੈਥ ਲੈਬ ਤੇ ਜਾ ਕੇ ਤੁਸੀਂ ਉਸ ਨੂੰ ਗਿਆ ਉੱਥੋਂ ਡਾਊਨਲੋਡ ਕਰ ਸਕਦੇ ਹੋ ਇਰੀਟ੍ਰਿਕੋ ਉਪਸਰਗ ਅਨੇਕ ਸ਼ਬਦਾਂ ਕੇ ਲੀਏ ਇੱਕ ਸ਼ਬਦ ਅਨੇਕਾਰਥਿਕ ਸ਼ਬਦ ਬਿਲੋਂਗ ਸ਼ਬਦ ਇਹ ਸਾਰੇ ਆ ਜਾਣੇ ਤੁਹਾਨੂੰ ਇਹ ਸਾਰੇ ਪੜ੍ਹਨੇ ਪੈਣੇ ਆ ਯਾਦ ਕਰਨੇ ਪੈਣੇ ਆ ਜੀ ਤੋਂ ਇਹਦਾ ਜੋ ਲੈਵਲ ਆ 10th ਤੱਕ ਦਾ ਲੈਵਲ ਹੈ 10th ਤੱਕ ਦੀ ਤੁਸੀਂ ਹਿੰਦੀ ਸਾਰੀ ਅੱਛੇ ਤਰੀਕੇ ਨਾਲ ਪੜ੍ਹਨੀ ਹੈ ਅੱਗੇ ਚੱਲਦੇ ਆ ਜੀ ਮੈਥ ਮੈਥ ਜਿਹੜਾ ਕੀ ਆ ਸਭ ਤੋਂ ਵੱਧ ਨੰਬਰ B ਨੰਬਰ ਦਾ ਆਂਦਾ ਜੀ ਮੈਥ ETT ਦੇ ਸੈਕੰਡ ਪੇਪਰ ਦੇ ਵਿੱਚ B ਨੰਬਰ ਦਾ ਆਂਦਾ ਹੈ ਤੁਸੀਂ ਕੀ ਇਹਦਾ ਸਕਰੀਨਸ਼ਾਟ ਲੈ ਲਓ ਇਹ ਮੈਂ ਪੰਜਾਬੀ ਦੇ ਵਿੱਚ ਸਾਰੇ ਕੀ ਹੈ ਚੈਪਟਰਸ ਦੇ ਨੇਮ ਲਿਖੇ ਨੇ ਸੰਖਿਆ ਪ੍ਰਣਾਲੀ ਵਾਸਤਵਿਕ ਸੰਖਿਆਵਾਂ ਬਹੁਪਦੀਆਂ ਦੋ ਚਲਾਂ ਵਿੱਚ ਰੇਖੀਕਰਨ ਠੀਕ ਹੈ ਇਹ ਮੈਂ ਪੰਜਾਬੀ ਦੇ ਵਿੱਚ ਲਿਖ ਦਿੱਤਾ ਹੈ ਤੁਸੀਂ ਇਹਨੂੰ ਸਕਰੀਨਸ਼ਾਟ ਕਰੋ ਮੈਥ ਜਿਹੜਾ ਇੰਗਲਿਸ਼ ਵਰਜ਼ਨ ਦੇ ਵਿੱਚ ਵੀ ਮੈਂ ਇਹਨੂੰ ਟਾਈਪ ਕੀਤਾ ਦੇਖੋ ਜਿਹਦੇ ਵਿੱਚ ਕੀ ਹੈ ਨੰਬਰ ਸਿਸਟਮ ਰੀਅਲ ਨੰਬਰਸ ਪੋਲੀਨੋਮੀਅਲਸ ਲੀਨੀਅਰ ਇਕੁਏਸ਼ਨ ਇਨ ਵਨ ਵਰੀਏਬਲ ਸੰਦੀਪ ਮੈਥ ਲੈਬ ਚੈਨਲ ਦੇ ਉੱਤੇ ਤੁਹਾਨੂੰ ਮੈਥ ਰਿਲੇਟਿਡ ਸਾਰੀ ਵੀਡੀਓਜ਼ ਮਿਲਣਗੇ ਈਟੀਟੀ ਦੇ ਸੈਕੰਡ ਪੇਪਰ ਦੀਆਂ ਵੀਡੀਓਜ਼ ਮੈਂ ਇੱਥੇ ਜ਼ਰੂਰ ਅਪਲੋਡ ਕਰੂੰਗਾ ਠੀਕ ਹੈ ਜੀ ਕਿਉਂਕਿ ਇਸ ਇਸ ਤੋਂ ਪਹਿਲਾਂ ਇਹ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਮੈਂ ਇਹਦੇ ਪ੍ਰੀਵੀਅਸ ਈ ਦੇ ਜਿਹੜੇ 2364 ਜਾਂ 6835 ਦੇ ਜਿਹੇ ਈਟਟੀਟੀ ਦੇ ਦੋ ਪੇਪਰ ਹੋਏ ਨੇ ਉਹਦੇ ਵਿੱਚ ਮੈਥ ਕਿਸ-ਕਿਸ ਤਰੀਕੇ ਦਾ ਆਇਆ ਠੀਕ ਹੈ ਜੀ ਉਹ ਆਪਾਂ ਡਿਸਕਸ ਕਰਾਂਗੇ ਉਹਦਾ ਕਿ ਇਹ ਮੈਥ ਪੋਰਸ਼ਨ ਮੈਂ ਸੋਲਵ ਕਰਕੇ ਵੀਡੀਓ ਆਪਣੇ ਚੈਨਲ ਤੇ ਪਾਉਂਗਾ ਤੁਸੀਂ ਇਹਨੂੰ ਜਰੂਰ ਦੇਖਿਓ ਤੇ ਤੁਹਾਨੂੰ ਆਈਡੀਆ ਹੋਊਗਾ ਵੀ ਕਿਸ ਤਰੀਕੇ ਦੇ ਕੁਐਸਚਨ ਕੀ ਹੈ ਇਹਦੇ ਵਿੱਚ ਆਉਂਦੇ ਹਨ ਤੇ ਆਪਾਂ ਮੈਥ ਸਾਇੰਸ ਦੀ ਤਿਆਰੀ ਕਿਸ ਬੁੱਕਸ ਨੂੰ ਫੋਲੋ ਕਰਕੇ ਆਪਾਂ ਕਰਨੀ ਹੈ ਠੀਕ ਹੈ ਜੀ ਉਹ ਵੀ ਆਪਾਂ ਵੀਡੀਓ ਦੇ ਵਿੱਚ ਅੱਗੇ ਡਿਸਕਸ ਕਰਾਂਗੇ ਠੀਕ ਹੈ ਜੀ ਲਾਸਟ ਦੇ ਵਿੱਚ ਆਪਾਂ ਡਿਸਕਸ ਕੁਝ ਇੰਪੋਰਟੈਂਟ ਇਨਫੋਰਮੇਸ਼ਨ ਡਿਸਕਸ ਕਰਾਂਗੇ ਵੀ ਆਪਾਂ ਈਟੀਟੀ ਦਾ ਪੇਪਰ ਦਾ ਸਿਲੇਬਸ ਕਿੱਥੋਂ ਕਵਰ ਕਰ ਸਕਦੇ ਆਂ ਵਿਦਆਊਟ ਐਨੀ ਕੋਚਿੰਗ ਠੀਕ ਹੈ ਜੀ ਆਪਣੀ ਖੁਦ ਨੋਟਸ ਬਣਾਓ ਕਿਉਂਕਿ ਥੋੜੇ ਤੋਂ ਬਿਨਾ ਥੋਨੋਂ ਕੋਈ ਵਧੀਆ ਨਹੀਂ ਜਾਣਦਾ ਇਸ ਲਈ ਜੋ ਤੁਸੀਂ ਆਪਣੇ ਹੱਥ ਨਾਲ ਲਿਖਿਆ ਹੋਊਗਾ ਉਹੀ ਤੁਹਾਡੇ ਲਈ ਕੀ ਹੈ ਬਹੁਤ ਜ਼ਿਆਦਾ ਬੈਟਰ ਹੋਊਗਾ ਸੋ ਮੈਂ ਹਮੇਸ਼ਾ ਹਰੇਕ ਬੱਚੇ ਨੂੰ ਰეკਮੈਂਡ ਕਰਦਾ ਹੁੰਦਾ ਇੱਥੇ ਵੀ ਜੇ ਸਾਡੇ ਮਤਲਬ ਆਫਲਾਈਨ ਕਲਾਸਿਸ ਚੱਲ ਰਹੀਆਂ ਨੇ ਉਥੇ ਵੀ ਅਸੀਂ ਕੀ ਕਰਦੇ ਬੱਚਿਆਂ ਨੂੰ ਕੀ ਹੈ ਪ੍ਰਿੰਟਡ ਨੋਟਸ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਕੀ ਜੋ ਬੋਰਡ ਤੇ ਪੜਾਇਆ ਜਾਂਦਾ ਜੋ ਬੋਰਡ ਤੇ ਲਿਖਾਇਆ ਜਾਂਦਾ ਉਹ ਹੈਂਡ ਰਿਟਨ ਉਹਨਾਂ ਬੱਚਿਆਂ ਨੂੰ ਆਪ ਲਿਖਣਾ ਪੈਂਦਾ ਕਿਉਂਕਿ ਹਰੇਕ ਬੱਚੇ ਦੀ ਸਮਝ ਅਲੱਗ ਹੁੰਦੀ ਉਹ ਆਪਣੇ ਤਰੀਕੇ ਨਾਲ ਹੀ ਨੋਟਸ ਬਣਾਉਣਾ ਚਾਹੁੰਦਾ ਸੋ ਇਸ ਲਈ ਮੈਂ ਤੁਹਾਨੂੰ ਹਮੇਸ਼ਾ ਰეკਮੈਂਡ ਕਰਦਾ ਕਿ ਆਪਣੇ ਤਰੀਕੇ ਨਾਲ ਨੋਟਸ ਬਣਾਓ ਵੀਡੀਓ ਨੂੰ ਦੇਖੋ ਜੋ ਮੈਂ ਗੱਲਾਂ ਤੁਹਾਨੂੰ ਸਮਝਾ ਰਿਹਾ ਉਹਨੂੰ ਨੋਟ ਕਰੋ ਲਿਖ ਲਓ ਚਾਹੇ ਹਿੰਦੀ ਚ ਲਿਖ ਲਓ ਪੰਜਾਬੀ ਚ ਲਿਖ ਲਓ ਇੰਗਲਿਸ਼ ਚ ਲਿਖ ਲਓ ਬਟ ਉਹਨੂੰ ਲਿਖੋ ਜ਼ਰੂਰ ਤੁਹਾਡੇ ਹੱਥ ਨਾਲ ਲਿਖਿਆ ਹੋਇਆ ਹੀ ਤੁਹ ਠੀਕ ਹੈ ਜੀ ਸੋ ਇਹਦੇ ਵਿੱਚ ਦੇਖੋ ਜੀ ਆਪਾਂ ਮੈਥ ਦੇ ਹਰੇਕ ਟੌਪਿਕ ਨੂੰ ਬੜੇ ਅੱਛੇ ਤਰੀਕੇ ਨਾਲ ਕਰਾਂਗੇ ਮੀਨਸ ਪਹਿਲਾਂ ਉਹਨਾਂ ਦੇ ਬੇਸਿਕ ਵੀਡੀਓ ਪਾਵਾਂਗੇ ਬੇਸਿਕ ਵੀਡੀਓ ਤੋਂ ਬਾਅਦ ਉਹਦੇ ਐਮਸੀਕਿਊ ਡਿਸਕਸ ਕਰਾਂਗੇ ਐਮਸੀਕਿਊ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਨਾ ਆਪਾਂ ਮੈਥ ਦੇ ਤਾਂ ਜੀ ਆਪਾਂ ਮਿਨੀਮਮ ਟਾਈਮ ਆਪਾਂ ਇਸ ਤੇ ਕੀਆ ਸਪੈਂਡ ਕਰ ਸਕੀਏ ਤਾਂ ਉਹ ਵੀ ਆਪਾਂ ਸਾਰੀ ਟ੍ਰਿਕਸ ਵੀਡੀਓ ਦੇ ਵਿੱਚ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੇਖਾਂਗੇ ਸੋ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਜੀ ਹਰੇਕ ਸਿਲੇਬਸ ਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਤੇ ਇਹਦਾ ਵੀ ਦੇਖੋ ਸਾਰੇ ਮੈਂ ਤਕਰੀਬਨ ਇਹਨੇ ਸਾਰਿਆਂ ਦੇ ਚੈਪਟਰਸ ਦੇ ਨੇਮ ਲਿਖ ਦਿੱਤੇ ਵੀ ਇਹਨਾਂ ਚ ਕਿਹੜੇ-ਕਿਹੜੇ ਚੈਪਟਰਸ ਆਣੇ ਨੇ ਸਮ ਆਫ ਇ ਟ੍ਰਿਗਨੋਮੈਟਰੀ ਬਹੁਤ ਸਾਰੇ ਬੱਚੇ ਇਸ ਟ੍ਰਿਗਨੋਮੈਟਰੀ ਦੇ ਨਾਂ ਤੋਂ ਹੀ ਡਰਦੇ ਨੇ ਸੋ ਆਪਾਂ ਇਹਨੂੰ ਕੀ ਹੈ ਬੜੇ ਅੱਛੇ ਤਰੀਕੇ ਨਾਲ ਇਹਨੂੰ ਸੋਲਵ ਕਰਾਂਗੇ ਬਹੁਤ ਸਾਰੇ ਕੁਐਸਚਨ ਆਪਾਂ ਇਹਨਾਂ ਦੇ ਡਿਸਕਸ ਕਰਾਂਗੇ ਤੇ ਇਹ ਟ੍ਰਿਗਨੋਮੈਟਰੀ ਦਾ ਟੇਬਲ ਆ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟ੍ਰਿਗਨੋਮੈਟਰੀ ਸੋਲਵ ਕਰਨ ਲਈ ਠੀਕ ਹੈ ਜੀ ਕੰਸਟਰਕਸ਼ਨ ਕੰਸਟਰਕਸ਼ਨ ਦੇ ਵਿੱਚੋਂ ਹੇਰਨਸ ਫਾਰਮੂਲਾ ਦੇ ਵਿੱਚੋਂ ਸਰਫੇਸ ਏਰੀਆ ਆਫ ਅ ਵੋਲੀਅਮ ਇਹ ਬਹੁਤ ਜਾਣੇ ਨੂੰ ਟਫ ਲੱਗਦਾ ਕਈਆਂ ਨੂੰ ਤਾਂ ਸਰਫੇਸ ਏਰੀਆ ਤੇ ਵੋਲੀਅਮ ਦੇ ਵਿੱਚ ਕਈਆਂ ਨੂੰ ਡਿਫਰੈਂਸ ਹੀ ਨਹੀਂ ਪਤਾ ਹੁੰਦਾ ਠੀਕ ਹੈ ਜੀ ਤੇ ਏਰੀਆ ਏਰੀਆ ਆਫ ਅ ਸਰਕਲ ਸਟੈਟਿਸਟਿਕਸ ਪ੍ਰੋਬੈਬਿਲਟੀ ਇਹ ਸਾਰੇ ਕੀ ਆਪਾਂ ਇਸ ਚੈਨਲ ਦੇ ਉੱਤੇ ਚੰਗੇ ਤਰੀਕੇ ਨਾਲ ਡਿਸਕਸ ਕਰਾਂਗੇ ਸੋ ਜੋ ਇਹਦਾ ਜੋ ਲੈਵਲ ਹੈ ਜੀ ਉਹ ਲੈਵਲ ਕੀਤੇ ਹੈ ਜੀ 10th ਤੱਕ ਦਾ ਲੈਵਲ ਰਹਿਣ ਵਾਲਾ ਜੀ ਠੀਕ ਹੈ ਜੀ ਇਹਦੇ ਲਈ ਮੈਂ ਤੁਹਾਨੂੰ ਬੁੱਕ ਰეკਮੈਂਡ ਕਰੂੰਗਾ ਤੁਸੀਂ ਆਰ ਡੀ ਸ਼ਰਮਾ ਆਰ ਡੀ ਸ਼ਰਮਾ ਦੀ ਜਿਹੜੀ ਬੁ ਠੀਕ ਹੈ ਜੀ ਉਹਨੂੰ ਫੋਲੋ ਕਰੋ ਕਿਉਂਕਿ ਉਹਦੇ ਵਿੱਚ ਤੁਹਾਨੂੰ ਸਬਜੈਕਟਿਵ ਦੇ ਨਾਲ-ਨਾਲ ਐਮਸੀਕਿਊ ਵੀ ਮਿਲਣਗੇ ਠੀਕ ਹੈ ਜੀ ਆਰਦੀ ਸ਼ਰਮਾ ਦੀ ਬੁੱਕ ਨੂੰ ਤੁਸੀਂ ਚੰਗੇ ਤਰੀਕੇ ਨਾਲ ਸੋਲਵ ਕਰੋ ਓਕੇ ਜੇ ਮੰਨ ਲਓ ਕਿ ਕਿਸੇ ਦੇ ਬੇਸਿਕਸ ਜ਼ਿਆਦਾ ਹੀ ਕਮਜ਼ੋਰ ਨੇ ਵਾਲੇ ਜਿਹਨਾਂ ਦੇ ਬਹੁਤ ਜ਼ਿਆਦਾ ਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਕਿ ਉਸਨੇ ਬੁੱਕਸ ਨੂੰ ਕਦੇ ਹੱਥ ਹੀ ਨਹੀਂ ਲਾਇਆ ਹੁਣ ਤਾਂ ਸਭ ਤੋਂ ਪਹਿਲਾਂ ਕੀ ਹੈ ਤੁਸੀਂ ਪੰਜਾਬ ਬੋਰਡ ਪੀ ਐਸ ای ਬੀ ਦੀਆਂ ਜਿਹੜੀਆਂ ਬੁੱਕਸ ਨੇ ਮੈਥ ਦੀਆਂ ਜਾਂ ਕੀ ਹੈ ਤੁਸੀਂ ਐਨ ਸੀ ਆਰਟੀ ਐਨ ਸੀ ई आरटी ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਪੜੋ ਕਿਉਂਕਿ ਸਬਜੈਕਟਿਵ ਨੌਲੇਜ ਹੀ ਤੁਹਾਨੂੰ ਕੀ ਇਹ ਬੂਸਟ ਕਰ ਸਕਦੀ ਹੈ ਐਮਸੀਕਿਊ ਨੂੰ ਸ਼ਾਰਟ ਟਾਈਮ ਦੇ ਵਿੱਚ ਕਰਨ ਲਈ ਠੀਕ ਹੈ ਜੀ ਸੋ ਇਹ ਸੀਗੀ ਜੀ ਮੋਸਟ ਇੰਪੋਰਟੈਂਟ ਜੋ ਕਿ ਆਪਾਂ ਮੈਥ ਸਾਇੰਸ ਜਾਂ ਪੰਜਾਬੀ ਹਿੰਦੀ ਐਸਐਸਟੀ ਕੀ ਆਪਾਂ ਪੰਜਾਬ ਬੋਰਡ ਦੀਆਂ ਬੁੱਕਸ ਤੋਂ ਤਿਆਰ ਕਰੋ ਉਹਦੇ ਨੋਟਸ ਬਣਾਓ ਆਪ ਖੁਦ ਠੀਕ ਹੈ ਜੀ ਤੁਸੀਂ ਇਹ ਸਕਰੀਨ ਸ਼ਾਟ ਲੈ ਲਓ ਜੀ ਤੇ ਸਕਰੀਨ ਸ਼ਾਟ ਦੇ ਨਾਲ ਨਾਲ ਕੀ ਹੈ ਜੇ ਤੁਸੀਂ ਹਜੇ ਤੱਕ ਚੈਨਲ ਸਬਸਕ੍ਰਾਈਬ ਲਾਈਕ ਤੇ ਬੈਲ ਆਈਕਨ ਨੂੰ ਨਹੀਂ ਦੱਬਿਆ ਤਾਂ ਪਲੀਜ਼ ਇਸ ਨੂੰ ਜ਼ਰੂਰ ਦਬਬ ਲੋ ਜੋ ਕਿ ਅ ਫਿਊਚਰ ਦੇ ਵਿੱਚ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਐਵੇਂ ਹੀ ਤੁਹਾਡੇ ਲਈ ਕੀ ਇਨਫੋਰਮੇਸ਼ਨ ਵੀਡੀਓ ਅਸੀਂ ਲੈ ਕੇ ਆਉਂਦੇ ਰਹੀਏ ਏਸੀ ਕਈ ਮੈਥ ਦਾ ਪੋਰਸ਼ਨ ਮੈਥ ਕੀ ਹੈ ਜੀ ਬੀ ਨੰਬਰ ਦਾ ਇਸ ਤੋਂ ਬਾਅਦ ਚੱਲਦੇ ਹਾਂ ਜੀ ਆਪਾਂ ਸਾਇੰਸ ਦੇ ਉੱਤੇ ਸਾਇੰਸ ਕੀ ਹੈ ਬਹੁਤ ਜ਼ਿਆਦਾ ਵਾਸਟ ਹੈ ਇਹਦੇ ਚ ਦੇਖੋ ਮੋਸ਼ਨ ਕੀ ਹੈ ਮੋਸ਼ਨ ਦੇਖੋ 8th ਦੇ ਵਿੱਚ ਵੀ ਹੈ 9th ਦੇ ਵਿੱਚ ਵੀ ਹੈ 10th ਦੇ ਵਿੱਚ ਵੀ ਇਹਦਾ ਕੀ ਆ ਟੌਪਿਕ ਆਂਦਾ ਹੈ ਇਸ ਚੈਨਲ ਦੇ ਉੱਤੇ ਤੁਹਾਨੂੰ ਮੈਥ ਰਿਲੇਟਿਡ ਸਾਰੀ ਵੀਡੀਓਜ਼ ਮਿਲ ਜਾਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਇੰਸ ਦੇ ਰਿਲੇਟਿਡ ਵੀ ਅਸੀਂ ਬਤ ਤੋਂ ਬਤ ਐਮਸੀਕਿਊ ਇਸ ਵੀਡੀਓ ਦੇ ਉੱਤੇ ਪਾਵਾਂਗੇ ਠੀਕ ਹੈ ਜੋ ਇਹਦਾ ਲੈਵਲ ਹੈ ਜੀ ਉਹ ਹੈਗਾ ਜੀ 10th ਕਲਾਸ ਤੱਕ ਦੀ ਜੋ ਸਾਇੰਸ ਦੇ ਵਿੱਚੋਂ ਐਮਸੀਕਿਊ ਆਣੇ ਨੇ ਉਹ 10th ਤੱਕ ਦੇ ਲੈਵਲ ਦੇ ਆਣੇ ਨੇ ਜੀ ਤੇ ਇਹਦੇ ਵਿੱਚ ਜਿਹੜੀਆਂ ਬੁੱਕਸ ਨੇ ਉਹੀ ਮੈਂ ਤੁਹਾਨੂੰ ਰეკਮੈਂਡ ਕਰਦਾ ਕਿ ਤੁਸੀਂ ਐਨਸੀਆਰਟੀ ਪੜੋ ਐਨਸੀਈਆਰਟੀ ਦੀ ਬੁੱਕਸ ਪੜੋ ਪੰਜਾਬ ਬੋਰਡ ਦੀਆਂ ਬੁੱਕਸ ਪੜੋ ਉਹਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਮਿਲ ਜੂਗਾ ਇਹ ਦੀ ਹੈਂਡ ਰਿਟਰਨ ਨੋਟਸ ਬਣਾਨੇ ਸਟਾਰਟ ਕਰੋ ਠੀਕ ਹੈ ਜੀ ਖੁਦ ਦੀ ਨੌਲੇਜ ਦੇ ਨਾਲ ਖੁਦ ਦੀ ਐਫਰਟ ਦੇ ਨਾਲ ਤੁਸੀਂ ਕੀ ਹੈ ਛੋਟੇ-ਛੋਟੇ ਕੁਐਸਚਨ ਬਣਾਨੇ ਸਟਾਰਟ ਕਰੋ ਮੈਂ 100% ਸ਼ਿਉਰਟੀ ਲਾਣਾ ਕਿ ਤੁਹਾਨੂੰ ETT ਦਾ ਸੈਕੰਡ ਪੇਪਰ 80+ ਮਾਰਕਸ ਸਕੋਰ ਕਰਨ ਦੇ ਵਿੱਚ ਕੋਈ ਨਹੀਂ ਰੋਕ ਸਕਦਾ ਜੇ ਤੁਸੀਂ ਕੀ ਹੈ ਮੇਰੀ ਛੋਟੀ ਜੀ ਐਡਵਾਈਸ ਮੰਨੋਗੇ NCERT ਦੀ ਬੁੱਕ ਦੇ ਵਿੱਚੋਂ ਤੁਸੀਂ ਹੈਂਡ ਰਿਟਰਨ ਨੋਟਸ ਕੀ ਹੈ ਬਣਾਨੇ ਸਟਾਰਟ ਕਰੋ ਸੋ ਇਥੇ ਟੇਕ ਅ ਸਕਰੀਨਸ਼ਾਟ ਆਫ ਥਿਸ ਸਿਲੇਬਸ ਆਫ ਸਾਇੰਸ ਸੋ ਜੀ ਚੱਲਦੇ ਆ ਜੀ ਸੋਸ਼ਲ ਸਟਡੀ ਉਤੇ ਸੋਸ਼ਲ ਸਟਡੀ ਦੇ ਵਿੱਚ ਦੇਖੋ ਜੀ 15 ਨੰਬਰ ਦੀ ਕਿਹਾ ਜੀ ਸੋਸ਼ਲ ਸਟਡੀ ਆਣੀ ਹੈ ਜਿਹਦੇ ਵਿੱਚ ਕੀ ਹੈ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਤੁਹਾਨੂੰ ਇਹ ਸਾਰਾ ਸਿਲੇਬਸ ਮਿਲ ਜੂਗਾ ਮੋਸਟਲੀ ਜਿਹੜਾ ਇਹ ਐਸਐਸਟੀ ਦਾ ਸਿਲੇਬਸ ਹੈ ਜੀ ਉਹ 9th ਕਲਾਸ ਤੇ 10th ਕਲਾਸ ਦਾ ਸਿਲੇਬਸ ਹੈ ਸਾਰਾ ਹੋਰ ਕੋਈ ਨਹੀਂ ਹੈਗਾ ਇਹ ਚੀਜ਼ ਠੀਕ ਹੈ ਜੀ ਇਹ ਜੇ 9 8th ਦਾ 9 6th ਦਾ 9 7th ਦਾ ਸਿਰਫ 9th ਔਰ 8th 9th ਔਰ 10th ਕਲਾਸ ਦੀ ਬੁੱਕਸ ਦੇ ਵਿੱਚ ਪੰਜਾਬ ਬੋਰਡ ਦੀ ਬੁੱਕਸ ਨੇ ਉਹਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਮਿਲ ਜੂਗਾ ਹੈਂਡ ਰਿਟਨ ਨੋਟਸ ਬਣਾਉਣੇ ਮੈਂ ਬਾਰ-ਬਾਰ کہہ ਰਿਹਾ ਤੁਹਾਨੂੰ ਸ਼ੁਰੂ ਕਰੋ ਠੀਕ ਹੈ ਜੀ ਤੇ ਵੱਧ ਤੋਂ ਵੱਧ ਉਹਨੂੰ ਰਿਵਾਈਜ਼ ਕਰੋ ਕਿਉਂਕਿ ਜਿੰਨਾ ਤੁਸੀਂ ਰਿਵਾਈਜ਼ ਕਰੋਗੇ ਉਨਾ ਹੀ ਤੁਹਾਡੀ ਸਪੀਡ ਬਣਦੀ ਹੈ ਬਹੁਤ ਸਾਰੇ ਮੈਨੂੰ ਇੰਸਟਾਗ੍ਰam ਤੇ ਜਾਂ ਵਟਸਐਪ ਤੇ ਪਰਸਨਲੀ ਮੈਸੇਜ ਕਰਦੇ ਸਰ ਸਾਡੀ ਸਪੀਡ ਨਹੀਂ ਬਣ ਰਹੀ ਸਪੀਡ ਨਹੀਂ ਬਣ ਰਹੀ ਸਪੀਡ ਤਾਂ ਹੀ ਬਣੇਗੀ ਜੇ ਤੁਸੀਂ ਹੈਂਡ ਰਿਟਨ ਨੋਟਸ ਬਣਾਏ ਹੋਣਗੇ ਉਹਨਾਂ ਨੂੰ ਬਾਰ-ਬਾਰ ਵੱਧ ਤੋਂ ਵੱਧ ਜਿੰਨੀ ਵਾਰੀ ਹੋ ਸਕੇ ਉਹਨੂੰ ਰਿਵਾਈਜ਼ ਕੀਤਾ ਹੋਵੇਗਾ ਠੀਕ ਹੈ ਜੀ ਜੇ ਮੰਨ ਲਓ 100 ਕੁਐਸਚਨਾਂ 100 ਕੁਐਸਚਨ ਦੇ ਵਿੱਚੋਂ ਤੁਹਾਨੂੰ ਅਪਰੋਕਸੀਮੇਟ 40 ਤੋਂ 45 ਕੁਐਸਚਨ ਐਸੀ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਤੁਹਾਨੂੰ ਮੀਨਸ ਅਨਸਰ ਹੀ ਯਾਦ ਹੋਣੇ ਚਾਹੀਦੇ ਨੇ ਕੁਝ ਕੁਐਸਚਨ ਐਸੇ ਨੇ ਜਿਹੜੇ ਡਿੱਟੋ ਆਣਗੇ ਕੁਝ ਨਹੀਂ ਚੇਂਜ ਹੁੰਦਾ ਉਹਨਾਂ 'ਚ ਡਿੱਟੇ ਦੇ ਡਿੱਟੋ ਆਣਗੇ ਠੀਕ ਹੈ ਜੀ ਉਹਨਾਂ ਕੀ ਹੈ ਜੇ ਤੁਸੀਂ ਹਰੇਕ ਕੁਐਸਚਨ ਨੂੰ ਸੋਲਵ ਕਰਨ ਬੈਠ ਜਾਓਗੇ ਤਾਂ ਉਹਦੇ ਤੇ ਤੁਹਾਨੂੰ ਬਹੁਤ ਜ਼ਿਆਦਾ ਟਾਈਮ ਲੱਗੂਗਾ ਤਾਂ ਉਹਦੇ 'ਚ ਥੋੜੇ ਸਕਸੈਸ ਦੇ ਚਾਂਸਸ ਘੱਟ ਜਾਣਗੇ ਠੀਕ ਹੈ ਜੀ ਤਾਂ ਬਹੁਤ ਸਾਰੇ ਕੁਐਸਚਨ ਐਸੀ ਜਿਵੇਂ ਲੈਂਗੁਏਜ ਦੇ ਕੁਐਸਚਨਸ ਨੇ ਜਾਂ ਐਸਐਸਟੀ ਦੇ ਨੇ ਜਾਂ ਸਾਇੰਸ ਦੇ ਉਹਨਾਂ ਨੂੰ ਵੱਧ ਤੋਂ ਵੱਧ ਯਾਦ ਕਰੋ ਕਿਉਂਕ ਮੈਥ ਦੇ ਵਿੱਚ ਕੀ ਹੈ ਸੇਵ ਕਰ ਸਕਦਾ ਕਿਉਂਕਿ ਕਈ ਵਾਰ ਇਹ ਐਸੇ ਹੁੰਦੇ ਮੈਥ ਦੇ ਕਈ ਇੱਕ ਅੱਧਾ ਕੁਐਸਚਨ ਕਿ 20 ਕੁਐਸਚਨ ਨੇ 20 ਕੁਐਸਚਨਾਂ ਦੇ ਵਿੱਚ ਇੱਕ ਜਾਂ ਦੋ ਕੁਐਸਚਨ ਜਾਂ ਤਿੰਨ ਕੁਐਸਚਨ ਐਸੇ ਵੀ ਹੋਣਗੇ ਜਿਹੜੇ ਲੰਬੀ ਹੋਣਗੇ ਠੀਕ ਹੈ ਜੀ ਸੋ ਤੁਹਾਨੂੰ ਪਤਾ ਜੀ ਇੱਕ ਇੱਕ ਨੰਬਰ ਵੀ ਬਹੁਤ ਮਾਇਨੇ ਰੱਖਦਾ ਸੋ ਚੰਗੇ ਤਰੀਕੇ ਨਾਲ ਨੂੰ ਵੱਧ ਤੋਂ ਵੱਧ ਅੱਛੇ ਤਰੀਕੇ ਨਾਲ ਰਿਵਾਈਜ਼ ਕਰੋ ਜਿਵੇਂ ਸਾਇੰਸ ਦਾ ਸੋਸ਼ਲ ਸਾਇੰਸ ਦਾ ਜੋ ਸਿਲੇਬਸ ਹੈ ਜਿਵੇਂ ਭਾਰਤ ਇੱਕ ਜਾਣ ਪਛਾਣ ਧਰਤਲ ਜਲਵਾਯੂ ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀ ਧਰਮੀ ਦੀ ਵਰਤੋਂ ਅਤੇ ਖੇਤੀਬਾੜੀ ਇਹ ਸਾਰਾ ਭੰਗੋਲ ਦਾ ਮੀਨ ਜ ਅਗੇ ਚੱਲਦੇ ਆ ਜੀ ਅਰਧ ਸ਼ਾਸਤਰ ਜਿਹਦੇ ਵਿੱਚ ਮੋਡਲੀਆਂ ਧਾਰਨਾਵਾਂ ਭਾਰਤੀ ਅਰਥ ਵਿਵਸਥਾ ਅਤੇ ਆਰਥਿਕ ਆਧਾਰਿਕ ਸਰਚਨਾ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ ਭਾਰਤ ਵਿੱਚ ਭਾਰਤ ਵਿੱਚ ਉਦਯੋਗਿਕ ਵਿਕਾਸ ਇਹ ਸਾਰੇ ਕੀ ਅਰਧ ਸ਼ਾਸਤਰ ਦੇ ਟੌਪਿਕ ਨੇ ਜੀ ਇਤਿਹਾਸ ਦੇ ਵਿੱਚ ਇਤਿਹਾਸ ਸਭ ਤੋਂ ਲੰਬਾ ਜੀ ਸੋ ਇਹਦੇ ਮੈਂ ਬਾਰ ਬਾਰ ਕਰ ਇਤਿਹਾਸ ਹਿਸਟਰੀ ਹੈ ਜੋ ਬਹੁਤ ਇੰਟਰਸਟਿੰਗ ਹੁੰਦੀ ਹੈ ਜੇ ਤੁਸੀਂ ਇਹਨੂੰ ਇੰਟਰਸਟ ਨਾਲ ਪੜ੍ਹੋਗੇ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਹਿਸਟਰੀ ਦੇ ਵਿੱਚ ਤੁਹਾਨੂੰ ਇਮੇਜਿਨੇਸ਼ਨ ਪਾਵਰ ਦੀ ਬਹੁਤ ਲੋਡ ਪੈਂਦੀ ਹੈ ਇਮੇਜਿਨੇਸ਼ਨ ਦੇ ਨਾਲ ਹਿਸਟਰੀ ਨੂੰ ਪੜੋਗੇ ਤਾਂ ਤੁਹਾਨੂੰ ਹਿਸਟਰੀ ਵਰਗਾ ਸਬਜੈਕਟ ਨਹੀਂ ਮਿਲਣਾ ਕੋਈ ਹੋਰ ਠੀਕ ਹੈ ਜੀ ਇਹਦੇ ਵਿੱਚ ਦੇਖੋ ਸਭ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਕਿਸ ਦੇ ਇਸ ਦੇ ਇਤਿਹਾਸ ਉੱਤੇ ਪ੍ਰਭਾਵ ਕੀ ਪਿਆ ਠੀਕ ਹੈ ਜੀ ਸੋ ਇਹ ਇਹਦਾ ਸਕਰੀਨਸ਼ਾਟ ਲੈਂਦੇ ਜਾਇਓ ਜੀ ਇਹਨਾਂ ਇਤਿਹਾਸ ਦਾ ਕੀ ਸਿਲੇਬਸ ਹੈ ਅੱਗੇ ਹੈ ਜੀ ਨਾਗਰਿਕ ਸ਼ਾਸਤਰ ਲੋਕਤੰਤਰ ਦਾ ਅਰਥ ਅਤੇ ਮਹੱਤਵ ਇਸ ਜਿਵੇਂ ਸਕਰੀਨਸ਼ਾਟ ਲੈ ਲਓ ਜੀ ਇਹਦੇ ਸਾਰੇ ਹੀ ਸਾਰੇ ਜਿਹੜੇ ਟੌਪਿਕ ਨੇ ਇਹ 9th ਕਲਾਸ ਤੇ 10th ਕਲਾਸ ਦੇ ਵਿੱਚੋਂ ਲੈ ਗਏ ਨੇ ਠੀਕ ਹੈ ਜੀ ਜੋ ਇਹਦਾ origignal PDF ਹੈ ਉਹ ਤੁਹਾਨੂੰ ਕੀ ਹੈ ਇਹਰੇ Telegram ਚੈਨਲ ਉੱਤੇ ਮਿਲ ਜੇਗਾ ਤੁਸੀਂ ਉਹਦੇ ਤੋਂ ਕੀ ਹੈ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਸੋ ਜੀ ਹਜੇ ਤੱਕ ਜੇ ਤੁਸੀਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਤੇ ਲਾਈਕ ਕਰ ਰਹੇ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਬੱਦ ਤੋਂ ਬੱਦ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤਾਂ ਜੋ ਸਾਨੂੰ ਵੀ ਕੀ ਹੈ ਪਤਾ ਲੱਗਦਾ ਰਹੇ ਵੀ ਸਾਡੀ ਕਿੰਨੀ ਇੱਕ ਆਡੀਅנס ਸਾਡੀ ਵੀਡੀਓਜ਼ ਨੂੰ ਪਸੰਦ ਕਰਦੇ ਆਂ ਤਾਂ ਜੋ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਕਿ ਅਸੀਂ ਹੋਰ ਵੀ ਇਨਫੋਰਮੇਸ਼ਨ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸੋ ਜੀ ਇਹ ਮੇਰੇ ਇੰਸਟਾਗ੍ਰam ਦਾ ਚੈਨਲ ਹੈ ਜੀ ਇੰਸਟਾਗ੍ਰam ਹੈਂਡਲ ਸੰਦੀਪ ਮੈਥ ਲੈਬ ਦੇ ਉੱਤੇ ਤੁਸੀਂ ਜਾ ਕੇ ਉਸ ਨੂੰ ਜੁਆਇਨ ਕਰ ਲਓ ਠੀਕ ਹੈ ਜੀ ਫੇਸਬੁੱਕ ਪੇਜ ਹੈ ਜੀ ਉਸ ਤੇ ਵੀ ਤੁਸੀਂ ਜੁਆਇਨ ਕਰ ਲਓ ਟੈਲੀਗ੍ਰam ਦੇ ਉਤੇ ਜੁਆਇਨ ਕਰੋ ਕਿਉਂਕਿ ਇਹਦੇ ਉੱਤੇ ਮੈਂ ਕਿ ਬਹੁਤ ਸਾਰੀ ਵੀਡੀਓਜ਼ ਦੇ ਲਿੰਕ ਪਾਉਂਦਾ ਰਹਿਣਾ ਠੀਕ ਹੈ ਜੇ ਮੰਨ ਲਓ ਇਨ ਫਿਊਚਰ ਜੇ ਤੁਹਾਡੇ ਕੋਲ YouTube ਦਾ ਲਿੰਕ ਨਹੀਂ ਪਹੁੰਚਦਾ ਤਾਂ ਟੈਲੀਗ੍ਰam ਦੇ ਉੱਤੇ ਤੁਹਾਨੂੰ ਕੀ ਆ 100% ਕੀ ਹੈ ਜੀ ਤੁਹਾਡੇ ਕੋਲ YouTube ਦਾ ਲਿੰਕ ਪਹੁੰਚ ਜਾਊਗਾ ਠੀਕ ਹੈ ਜੀ ਸੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੇ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋ ਤਾਂ ਦਿਲ ਤੋਂ ਪਲੀਜ਼ ਇਹਨੂੰ ਲਾਈਕ ਕਰਕੇ ਜਾਓ ਜੇ ਨਹੀਂ ਵੀ ਲੱਗੀ ਲੱਗੀ ਹੋਵੇ ਤਾਂ ਵੀ ਸਾਨੂੰ ਇਹਦੇ ਵਿੱਚ ਕੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੀਆਂ ਦੱਸ ਕੇ ਜਾਇਓਗੀ ਇਹਦੇ ਵਿੱਚ ਹੋਰ ਅਸੀਂ ਕੀ ਇੰਪਰੂਵ ਕਰ ਸਕੀਏ ਤਾਂ ਜਿੰਨਾ ਮਿਲਦੇ ਆ ਜੀ ਨਵੀਂ ਵੀਡੀਓ ਦੇ ਵਿੱਚ ਸੋ ਥੈਂਕਸ ਫॉर ਵਾਚਿੰਗ ਜੀ ਗੋਡ ਬlesਸ ਯੂ